ਲੱਖਾਂ ਕਰੋੜਾਂ ਕੋਹ ਦੂਰ ਚਲਿਆ ਜਾਂਦਾ, ਗਿਣਤੀ ਵੀ ਨਹੀਂ ਕੋਈ। ਮਦਾ ਭਗਤੰ ਯਦਾ ਗਾਇਤਰੀ, ਜੇ ਦਰਸ਼ਨ ਕਰਨੇ ਨੇ ਜਿਹੜੇ ਨਿਸ਼ਕਾਮ ਨਿਰਵਾਣ, ਜਿਨ੍ਹਾਂ ਨੇ ਆ ਠੇਕਾ ਕੋਈ ਨਹੀਂ ਲਿਆ ਵੀ ਇੰਨੇ ਘੰਟੇ ਦੇ ਰਾਗੀਆਂ ਵਾਂਗੂ 5000 ਲਵਾਂਗੇ, 1 ਮਿੰਟ ਉੱਤੇ ਹੋ ਗਿਆ ਉੱਥੇ ਹੀ ਟਿਕਾ ਜਾਣਾ ਇਹਨਾਂ ਪ੍ਰੋਫੈਸਰਾਂ ਡਾਕਟਰਾਂ ਨੇ। ਆ ਪ੍ਰੋਫੈਸਰ ਹੈ ਜੀ, ਇਹਨਾਂ ਦੇਖੇ ਨਹੀਂ ਇਹਨਾਂ ਦੇ ਹਾਲ, ਮੈਂ ਇਹਨਾਂ ਤੋਂ ਦੂਰ ਹਾਂ। ਜਿੱਥੇ ਨਿਸ਼ਕਾਮ ਕੋਈ ਕਾਮਨਾ ਨਹੀਂ, ਕੋਈ ਲੋੜ ਨਹੀਂ, ਕੀ ਹੈ ਉਹ ਕਾਹੂ ਫਲ ਕੀ ਇੱਛਾ ਨਹਿ ਬੰਸ਼ੈ, ਕੇਵਲ ਭਗਤ ਕੀਰਤਨ ਸੰਗ ਰਚੈ। ਇਹ ਕਾਂਝਲਾ ਸਾਹਿਬ ਧਾਰਨਾ ਪੜ੍ਹੀ ਸੀ ਪਿੱਛੇ ਸੰਤ ਮਹਾਰਾਜ ਸੰਤ ਬਿਸ਼ਨ ਸਿੰਘ ਜੀਆਂ ਦੀ ਯਾਦ ਵਿੱਚ ਆਪਣੇ ਦੀਵਾਨਾਂ ਤੋਂ ਪਹਿਲਾਂ, ਇੱਕ ਦਿਨ ਐਤਵਾਰ ਇਹ ਲੰਘਿਆ ਸੀ ਕਿ ਕੋਈ ਵੀ ਦੁਨੀਆ ਦਾ ਪਦਾਰਥ ਨਾ ਮੰਗ ਲਈ, ਕੇਵਲ ਭਗਤ ਕੀਰਤਨ ਸੰਗ ਰਚੈ, ਕੋਈ ਦਾਤ ਨਾ ਮੰਗੀ ਭਗਵਾਨ ਤੋਂ, ਜੇ ਮੰਗਣਾ ਤਾਂ ਕੇਵਲ ਭਗਤ ਕੀਰਤਨ ਕਰੇ। ਧਾਰਨਾ ਵੀ ਪੜ੍ਹ ਲਿਓ, ਇਹ ਅੱਧੀ ਵਸਤੂ ਦਾ ਨਾਲ ਮਦਾ ਭਗਤੰ ਯਦਾ ਗਾਇਤਰੀ, ਨਿਸ਼ਕਾਮ ਕੀਰਤਨ ਜਿੱਥੇ ਸਾਧੂ ਕਰਦੇ ਨੇ, ਤਤਰ ਉੱਥੇ ਤ੍ਰਿਸ਼ਟੇ ਮੈਂ ਨਾਰਦ, ਪ੍ਰਤੱਖਸ਼ ਮੈਂ ਬੈਠਾ ਹੂੰ ਨਾਰਦ, ਜਿੱਥੇ ਕੀਰਤਨ ਸਾਧੂ ਕਰਦੇ ਹੋਣਗੇ ਉੱਥੇ ਮੇਰਾ ਵਾਸਾ ਹੈ। ਹਰ ਜਸ ਕਰਦੇ ਨੇ ਸੰਤ ਜਿੱਥੇ ਪਿਆਰੇ, ਉੱਥੇ ਮੇਰਾ ਮਨ ਲੱਗਦੈ। ਹਰ ਜਸ ਕਰਦੇ ਨੇ ਸੰਤ ਜਨ ਪਿਆਰੇ, ਉੱਥੇ ਮੇਰਾ ਮਨ ਲੱਗਦਾ। ਹਰ ਜਸ
ਉਹ ਗੁਰਬਾਣੀ ਸਹਿਤ ਜੈ ਕੀਰਤਨ ਤੇਰਾ ਸਾਧੂ ਗਾਵੇ ਹੈ ਤਹਿ ਮੇਰਾ ਮਨ ਲਾਗੇ। ਉੱਥੇ ਕਿਹਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪੰਥ ਕਰ, ਰਾਗੀ ਸਿੰਘਾਂ ਨੂੰ ਨਾਦੀ ਬੇਦੀਆਂ ਨੂੰ ਵੀ ਕਹਿ ਦਿੱਤਾ, ਨੈ ਹਰ ਹਰ ਭੀਜੈ ਰਾਮ ਰਾਜੇ। ਸੋਲਵਾਂ ਛੱਕਾ ਗੁਰੂ ਰਾਮਦਾਸ ਜੀ ਦਾ, ਕਹਿੰਦੇ ਰੱਬ ਨਹੀਂ ਭੇਜਦਾ ਵੀ ਸੰਤਾਂ 'ਤੇ ਭੇਜਦੇ। ਹਾਂ ਕਿੱਡਾ ਪਿਆਰ ਦਾ ਸਬੂਤ ਦਿੱਤਾ ਸਾਧੂ ਸੰਤ ਨਿਰਛਲ ਨਿਸ਼ਕਾਮ, ਕਿੱਡਾ ਪ੍ਰਤਾਪ ਵਰਣਨ ਕੀਤਾ, ਤੈ ਮੇਰਾ ਮਨ ਲੱਗ ਗਿਆ, ਤੇਰਾ ਮਨ ਲੱਗ ਗਿਆ। ਕਈ ਦਫ਼ਾ ਕਹਿੰਦੇ ਦਿਲ ਨਹੀਂ ਲੱਗਿਆ, ਦਿਲ ਤਾਂ ਡਾਕਟਰ ਆ ਖੱਬੇ ਪਾਸੇ ਅੰਬ ਵਰਗਾ ਕਿਸੇ ਦਾ ਪਾਈਏ ਨਾ, ਸਿਰ ਦਾ ਸਿਰ ਸਵਾ ਸਿਰ ਸੂਰਮਿਆਂ ਦੇ ਭਲਵਾਨਾਂ ਯੋਧਿਆਂ ਦੇ ਸਵਾ ਸਵਾ ਸਿਰ ਦੇ, ਉਹ ਦਿਲ ਤਾਂ ਕੱਢ ਕੇ ਬਾਹਰ ਰੱਖ ਦਿੰਦੇ ਨੇ ਡਾਕਟਰ ਸਰਜਨੀ 'ਚ, ਪਰ ਮਨ ਨੂੰ ਨਹੀਂ ਕੋਈ ਪਕੜ ਸਕਦਾ ਗੁਰੂ ਤੋਂ ਬਿਨਾਂ। ਮਨ ਹੋਰ ਵਸਤੂ ਹੈ, ਦਿਲ ਹੋਰ ਹੈ। ਮਨ ਤਾਂ ਭਗਵਾਨ ਨੇ ਗੀਤਾ ਵਿੱਚ ਅਰਜਨ ਨੂੰ ਕਿਹਾ ਸੰਕਲਪੋ ਵਿਕਲਪੋ ਹੀ ਮਨ, ਇਹ ਤਾਂ ਕਲਪਨਾ ਦਾ ਪੁਤਲ ਹੈ ਅਰਜਨ। ਕਦੇ ਵਿਕਲਪ ਹੋ ਜਾਂਦਾ ਜੋਗੀ ਬਣ ਬੈਠਦਾ, ਕਦੇ ਸੰਸਾਰ ਵੱਲ ਨੂੰ ਭੱਜਦਾ। ਮਨ ਦੇ ਤਰੰਗ ਨੇ ਫੁਰਨੇ ਨੇ। ਮੈਂ ਕੁਝ ਪਹਿਲਾਂ ਵੀ ਮੰਡਲੀ ਸ਼ਬਦ ਬਾਰੇ ਬੋਲਿਆ, ਸੰਤ ਮਾੜੂ ਰਾਮ ਜੀ ਲਸੋਈ ਵਾਲਿਆਂ ਨੇ ਮਨ ਨੂੰ ਐਂ ਵਰਣਨ ਕੀਤਾ, ਜਿੱਥੇ ਭਗਵਾਨ ਨੇ ਮਨ ਦੀ ਅਵਸਥਾ ਦੱਸੀ, ਧਿਆਨ ਨਾਲ ਸੁਣਨ ਵਾਲੇ ਸਰੋਤੇ ਨੇ, ਮਨ ਗਾਵਨ ਹਾਰੀ ਮੰਡਲੀ ਜਿਨ ਕੇ ਦਸ ਹੈ ਸੀਸ, ਬਈ ਦਸ ਜਾਣੇ ਗਿਣ ਲਈਏ। ਮਨ ਨੂੰ ਮਾਰਨ ਵਾਸਤੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਲੋਕ ਵਿਵੇਕੀ ਪੁਰਸ਼, ਇਹਦੀ ਫੌਜ ਨੂੰ ਇਹਨੂੰ ਜਿੱਤਣ ਨੂੰ ਮਨ ਮਾਰਨ ਕਾਰਨ ਬਣ ਜਾਈਏ। ਮਨ ਦੇ ਤਰੰਗ ਮਨ ਦੇ ਫੁਰਨੇ ਇਹਨਾਂ ਨੂੰ ਜਦੋਂ ਕੋਈ ਸ਼ਾਸਤਰ ਬ੍ਰਹਮ ਗਿਆਨ ਦਾ ਲੈ ਕੇ ਕੱਟੀਏ, ਜੇ ਇੱਕ ਕੱਟ ਦਈਏ ਜਿਸ ਤਰ੍ਹਾਂ ਸੁੰਭ ਨਿਸ਼ੁੰਭ ਰਕਤ ਵੇ ਵੀਜ ਨੇਮ, ਉਹ ਸੱਜਣ ਰਾਕਸ਼ ਲੋਕ ਜੇ ਦੁਰਗਾ ਚੰਡੀ ਇੱਕ ਦਾ ਸਿਰ ਕੱਟਦੀ ਸੀ, ਉੱਥੇ ਸੈਂਕੜੇ ਹਜ਼ਾਰਾਂ ਲੱਖਾਂ ਹੋਰ ਉੱਠ ਖੜਦੇ ਸੀ। ਸੰਤ ਮਾੜੂ ਰਾਮ ਜੀ ਆਪਦੀ ਰਚਨਾ ਉਹਨਾਂ ਦੀ ਰਚੀ ਹੋਈ ਬੜੀ ਹੈ, ਲਸੋਈ ਨੇੜੇ ਸਿਹੋੜਾ ਸਾਹਿਬ ਦੇ ਚਾਰ ਕੋ ਦੱਖਣ ਦਿਸ਼ਾ ਵਿੱਚ ਆ ਗਈ। ਉਹ ਬੜੇ ਵਿਵੇਕੀ ਮਹਾਤਮਾ ਹੋਏ, ਸੰਤ ਮਹਾਰਾਜ ਸੰਤ ਆਤਰ ਸਿੰਘ ਜੀ ਨਾਲ ਸਿੱਧਸਰ ਜਾਂਦਿਆਂ ਨੂੰ ਦੋ ਦਫ਼ਾ ਦਾ ਮਿਲਾਪ ਕਿਸੇ ਨੇ ਨਹੀਂ ਲਿਖਿਆ, ਇਹ ਦਾਸ ਦਾ ਲਿਖਿਆ ਹੋਇਆ। ਕੀ ਬਚਨ ਹੋਏ ਸੀ ਉਹਨਾਂ ਸੰਤਾਂ ਨਾਲ। ਫਿਰ ਸਿੱਧਸਰ ਮਹਾਰਾਜ ਗਏ, ਸਿਰਫ ਇਕੱਲਿਆਂ ਨਹੀਂ ਸਿੱਧਸਰ ਜਾ ਕੇ ਦਰਸ਼ਨ ਦਿੱਤੇ, ਸਾਰਾ ਮੇਲਾ ਹੀ ਇੱਕ ਤਾਰਨਾ ਪੜ੍ਹ ਕੇ ਖਿੱਚ ਲਿਆ ਸੀ, ਗੱਲ ਲੱਗਿਆ ਹੋਇਆ ਕੁੱਲ ਸਿੱਧਸਰ ਦੀ ਭੂਮੀ ਦਾ ਇੱਕ ਤਾਰਨਾ ਉੱਚੀ ਪੜ੍ਹ ਕੇ। ਸੰਤਾਂ ਨੇ ਕਿਹਾ ਮਨ ਗਾਵਨ ਹਾਰੀ ਮੰਡਲੀ ਜਿਨ ਕੇ ਦਸ ਹੈ ਸੀਸ, ਏਕ ਏਕ ਕੋ ਕਾਟੀਐ ਉਪਜੈ ਲੱਖੋ ਬੀਸ, ਲੱਖਾਂ ਨੂੰ ਬੀਸ ਨਾਲ ਜ਼ਰਬ ਕਰ ਲਈਏ, ਜੇ ਇੱਕ ਮਨ ਦਾ ਤਰੰਗ ਰੋਕੀਏ ਇੰਨੇ ਹੋਰ ਉੱਠ ਖੜਦੇ ਨੇ। ਪਰ ਮਨ ਇੱਥੇ ਲੱਗਦਾ, ਸੰਤ ਮਹਾਰਾਜ ਦਾ ਇੱਕ ਕੋਲ ਦੀ ਲੰਘਦਿਆਂ ਸੰਗਤਾਂ ਨੂੰ ਬੜੀ ਦਫ਼ਾ ਸੁਣਾਇਆ, ਸੰਤ ਬਿਲਾਸਮੀ ਵੀ ਕਥਾ ਤੀ ਹੈ ਕਿ ਮਹਾਰਾਜ ਮਾਨ ਸਹੀ ਹੈ ਸਰਦਾਰ ਬਹਾਦਰ ਅੱਜ ਵੀ ਉਹ ਮੰਨਦੇ ਨੇ ਸੰਤ ਮਹਾਰਾਜ ਦੇ ਅੰਗੀਠੇ ਸਾਹਿਬ, ਪਿਛਲੇ ਸਾਲ ਵੀ ਉਹਨਾਂ ਵੱਲੋਂ ਅਖੰਡ ਪਾਠ ਹੋਇਆ ਸੀ।
ਪਟਿਆਲਾ ਸ਼ਹਿਰ ਵਿੱਚ 21 ਨੰਬਰ ਫਾਟਕ ਦੇ ਥੋੜ੍ਹਾ ਜਿਹਾ ਹਿੱਸੇ ਦੇ ਨਾਲ ਮੈਂ ਤਾਂ ਉਸ ਕੋਠੀ ਸਾਹਿਬ ਕਰਕੇ ਨਮਸਕਾਰ ਕਰਦਾ, ਇੱਥੇ ਰੱਬ ਨੇ ਆ ਕੇ ਕੀਰਤਨ ਕਰਨਾ। ਮਹਾਰਾਜ ਕੀਰਤਨ ਕਰਦੇ ਸੀ ਤੋਂ ਨਾਲ ਦੀ ਰੇਲਵੇ ਲਾਈਨ ਜਿਹੜੀ ਨਾਭੇ ਨੂੰ ਆ ਰਹੀ ਹੈ ਸਟੇਸ਼ਨ ਤੋਂ, ਰੇਲ ਦੀ ਆਵਾਜ਼ ਪਈ, ਕੋਲ ਦੀ ਲੰਘਣ ਲੱਗੀ, ਬੜੇ ਬੜੇ ਅਮੀਰ ਲੋਕ, ਧਨਾੜ ਲੋਕ, ਰਾਈਸ ਮਹਾਰਾਜਾ ਪਟਿਆਲਾ ਦੇ ਬਰਾਬਰ, ਜਿਨ੍ਹਾਂ ਦੀਆਂ ਕੁਰਸੀਆਂ ਔਰ ਡਿਊਟੀ ਵਾਲੇ ਸਰਦਾਰ, ਫੌਜਾਂ ਵਿੱਚੋਂ ਵੀ ਸਿੰਘ, ਹੋਰ ਵੀ ਸੱਜਣ ਇਲਾਕਾ ਵਾਸੀ ਬੈਠੇ ਕੀਰਤਨ ਸੁਣਦੇ। ਜਦੋਂ ਆਵਾਜ਼ ਸੁਣੀ ਇਹ ਪਾਸੇ ਬਟਲੇ ਰੇਲਵੇ ਰੇਲ ਜਾਂਦੀ ਵੱਲ ਦੇਖਣ ਲੱਗੇ, ਸੰਤ ਮਹਾਰਾਜ ਨੇ ਤੱਕਿਆ, ਜਿਨ੍ਹਾਂ ਨੇ ਕਦੀ ਪਚਾਲ ਆਏ ਵੇਲੇ ਵੀ ਚੌਰ ਸਾਹਿਬ ਚਲਾਉਣ ਤੋਂ ਪਾਸਾ ਨਹੀਂ ਵੱਟਿਆ। ਸਿੰਘ ਬੜਾ ਕਹਿਣ, ਸੰਗਤਾਂ ਸਭ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲ ਗਈਆਂ। ਸੰਤ ਮਹਾਰਾਜ ਕੀ ਚੌਰ ਚਲਾਉਂਦੇ ਕਹਿੰਦੇ ਨੇ, ਜੇ ਇੱਥੇ ਬੈਠੇ ਸੱਚਖੰਡ ਚਲੇ ਜਾਈਏ, ਹੋਰ ਮਰਨਾ ਕਿੱਥੇ ਚੰਗਾ ਹੈ। ਇਹੀ ਦਰਗਾਹ, ਬਾਕੀ ਸਭ ਸੰਗਤ ਸੰਤ ਮਹਾਰਾਜ ਤੋਂ ਬਿਨਾਂ ਸਭ ਗੁਰਦੁਆਰਾ ਸਾਹਿਬ ਤੋਂ ਬਾਹਰ ਚਲੇ ਗਏ ਸੀ। ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਕਿਆ ਜਾਣੈ ਕਿਵੇਂ ਮਰੇਂਗੇ, ਕੈਸੋ ਮਰਨੋ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲੇ ਮਰਨਾ ਹੋਏ। ਕਿਹੜਾ ਮਰਨਾ ਚੰਗਾ? ਆਓ ਭਾਈ, ਇਸ ਗੱਲ 'ਤੇ ਦੁਨੀਆ ਤਰ੍ਹਾਂ ਤਰ੍ਹਾਂ ਕਰਦੀ ਹੈ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਭਗਤਾਂ ਨੇ ਮੂੰਹੋਂ ਮੰਗ ਲਈ ਪਿਆਰਿਓ, ਭਗਤਾਂ ਨੇ ਮੂੰਹੋਂ ਮੰਗੀ ਹੈ ਜਿਹੜੀ ਮੌਤ ਤੋਂ। ਸਾਰੇ ਗੱਜ ਕੇ ਸਾਰੇ ਸਿੰਘ